ਵੈਲਕਮ ਆਈ ਤੁਹਾਡਾ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਮੁੰਡੇ ਇਕੱਠੇ ਹੋਏ ਅੱਜ ਬੁਲਟ ਖਾਸੇ ਨੇ ਤੇ ਤੁਹਾਨੂੰ ਮੈਂ ਦਿਖਾਉਣਾ ਆ ਹੈਗਾ ਮਨੀ ਤੇ ਆ ਮਨਰਾਜ ਹੈਗਾ ਇਹਦਾ ਨਾਮ ਵੀ ਮਨਰਾਜ ਆ ਇਹਦਾ ਨਾਮ ਲਵੀ ਆ ਇਹਦਾ ਢਿੱਲੋਂ ਤੁਸੀਂ ਜਾਣਦੇ ਹੋ ਆ ਪ੍ਰਦੀਪ ਆ ਠੀਕ ਆ ਤੇ ਆ ਬੁਲਟ ਦੇਖ ਲਓ ਤੁਸੀਂ ਆ ਇਲੈਕਟਰ ਹੈਗਾ ਆ ਇਲੈਕਟਰ ਆ ਮਨਰਾਜ ਦਾ ਗਾ ਠੀਕ ਆ ਸਾਰਿਆਂ ਨੂੰ ਤਗੜਾ ਬੁਲਟ ਜਾਣੀ ਕਿ ਤਗੜਾ ਕਹਿ ਸਕਦੇ ਹਾਂ ਕਿਉਂਕਿ ਇੰਜਣ ਬਹੁਤ ਹੈਵੀ ਆ ਹਨਾ ਅਸੀਂ ਹੁਣੇ ਇਹਨੂੰ ਚੈੱਕ ਕੀਤਾ ਹੀ ਹੈਗਾ ਚਲਾ ਕੇ ਜਾਣੀ ਕਿ ਪਤਾ ਲੱਗਿਆ ਸਾਨੂੰ ਤੇ ਬਾਕੀ ਆ ਵੀ ਆ ਕਿਹੜਾ BS6 ਆ PS4 ਉਹ BS6 ਆ BS4 ਹੀ ਆ ਠੀਕ ਆ ਦੋਨੇ BS4 ਨੇ ਤੇ ਦੋਨਾਂ ਦੀ ਬੈਂਡ ਬੁੰਡ ਚੇਂਜ ਕਰਾਏ ਹੋਏ ਹੈਗੇ ਤੇ ਲਾਲ ਕਰੇ ਪਿਆ ਬੈਂਡ ਵੀ ਇਹਨਾਂ ਨੇ ਵੀ ਮਤਲਬ ਇਹਨਾਂ ਦੇ ਲੱਛਣ ਹੈ ਨਹੀਂ ਗਏ ਚਲਾਉਣ ਵਾਲੇ ਤੇ ਬਾਕੀ ਦਿਖਾਇਆ ਤੁਹਾਨੂੰ ਲਾਲ ਮਿੱਤਰੋ ਤੇ ਆਹ ਮੁੰਡੇ ਦਾ ਤੁਹਾਨੂੰ ਸਪਲੈਂਡਰ ਦਿਖਾ ਰਹੇ ਨੇ ਉਹ ਵਿਚਾਰਾ ਖੂੰਜੇ ਚਲਾਇਆ ਪਿਆ ਹੈਗਾ ਕਿਉਂਕਿ ਢਿੱਲੋਂ ਆ ਹੈਗਾ ਸਾਡੇ ਲਵੇ ਤੇ ਬੁਲਟਾਂ ਤੇ ਤਿੰਨਾਂ ਤੇ ਕਿਹੜਾ ਦੇ ਕੇ ਹਟਿਆ ਇਹਨੂੰ ਅੱਜ ਬੁਲਟ ਮਿਲ ਗਏ ਖਾਸੇ ਕਿਵੇਂ ਦਾ ਫੀਲ ਹੋ ਰਿਹਾ ਸਿਰਾ ਇਹਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਕਹਿੰਦਾ ਅੱਜ ਰੂਹ ਹਾਂ ਅੱਜ ਪੂਰਾ ਖੁਸ਼ ਹੈਗਾ ਇਹ ਵੀ ਬੁਲਟ ਆ ਕੇ ਖਾਸੇ ਹੈ ਅੱਜ ਛੱਡਦਾ ਨਹੀਂ ਸਾਰ ਚਾਬੀ ਚੱਕੀ ਫਿਰਦਾ ਇੱਕ ਦੀ ਤਾਂ ਚਲੋ ਆਪਾਂ ਹੁਣ ਟਰੈਕਟਰ ਕੱਢਦੇ ਹਾਂ ਰੀਲਾਂ ਬਣਾਵਾਂਗੇ ਤੇ ਬਾਕੀ ਉਦੋਂ ਬਾਅਦ ਆ ਕੇ ਹੱਥ ਨੇ ਆਪਾਂ ਹੋੜ ਦੇ ਟਾਇਰ ਕਸਾਂਗੇ ਜਿਹੜੇ ਕੱਲ੍ਹ ਰਹਿ ਗਏ ਸੀਗੇ ਨਾਟੂ ਟਰੈਡ ਕਰੇ ਪਏ ਆ ਮੁੰਡਿਆਂ ਨੇ ਜ਼ੋਰ ਕਾਫੀ ਮਾਰਿਆ ਓਏ ਓਏ ਢਿੱਲੋਂ ਆਇਆ ਨਹਾਈਏ ਲਓ ਜੀ ਮੋਟਰ ਤੇ ਆ ਗਏ ਤੇ ਬਾਕੀ ਹਨਾ ਧੌਲੂ ਜਾਗਾ ਨਹਾਉਣ ਲੱਗੇ ਹੋਏ ਆ ਤੇ ਆਇਆ ਢਿੱਲੋਂ ਨਹਾਈਏ ਆਉਂਦੇ ਆ ਕਹਿੰਦੇ ਤੇ ਬਾਕੀ ਟਰੈਕਟਰ ਆਉਂਦੇ ਸੀਗੇ ਬੁਲਟ ਦੇਖੋ ਅੱਜ ਕਿੰਨੇ ਖੜੇ ਆ ਇਹ ਹੁਣ ਇਹਦੇ ਤੇਰੇ ਮਾਰਨੇ ਬਾਕੀ ਚਲੋ ਹੁਣ ਨਹਾ ਲਈਏ ਪਾਣੀ ਬਹੁਤ ਠੰਡਾ ਯਾਰ ਬੜਾ ਸਵਾਦ ਆਉਂਦਾ ਕੀ ਹੋ ਗਿਆ ਕੀ ਹੋ ਗਿਆ ਬਾਈ ਇਹ ਕਹਿੰਦੇ ਸਿੱਟਣਗੇ ਕਹਿੰਦੇ ਦੇਖੋ ਫਿਰ ਇਹਨੂੰ ਢਿੱਲੋਂ ਆ ਵੀਰੇ ਡਾਬੜਾ ਸਰੀਰ ਮੁੰਡੇ ਦਾ ਇਹਨਾਂ ਦਾ ਕੀ ਗਿਆ ਉਹ ਤਾਂ ਪਾਣੀ ਚ ਨੇ ਮਿੱਟੀ ਦੇ ਭਰ ਬਾਂਟੀਆਂ ਦਾ ਮਿੱਟੀ ਪਾ ਕੇ ਕੀ ਕਰੋਗੇ ਹੈਗੇ ਤਾਂ ਆਲੂ ਚ ਨੇ ਉਹ ਛੱਡ ਪਰੇ ਕੀ ਫਰਕ ਕੋਈ ਲੋ ਜੀ ਪਰਨੇ ਪੁਨੇ ਗਿੱਲੇ ਹੋ ਗਏ ਸਾਰੀ ਨਹਾਉਣ ਲੱਗ ਗਏ ਤੁਹਾਨੂੰ ਤਾਂ ਐਂ ਚੱਕ ਕੇ ਸੜਤਾ ਆਲੂ ਚ ਆ ਦੇ ਲਵੀ ਵੀ ਤੇ ਉਹ ਪਰਨਾ ਬੰਨਣ ਲੱਗਿਆ ਹੋਇਆ ਉਹਨੂੰ ਸਿੱਟਿਆ ਸੀਗਾ ਬਾਕੀ ਉਹ ਫਿਰਦਾ ਇੱਕ ਓਏ ਆ ਜਾ ਰੁਕ ਜਾ ਚੱਲਦਾ ਚੱਲ ਓਏ ਚੱਲਦਾ ਰੁਕ ਜਾ 2 ਮਿੰਟ ਵਲੌਗ ਬਣਾ ਰਿਹਾ ਜੇ ਮੈਂ 2 ਮਿੰਟ ਵਲੌਗ ਬਣਾ ਲੈਂਦੇ ਮੇਰੇ ਤੇ ਨਾ ਭਾਈ ਨਾ 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 ਗੱਲਾਂ ਨਾ ਕਰਦੀ ਨਾਲ ਜੇਬ ਤੇ ਫੋਨ 5 ਮਿੰਟ ਦੀ ਬੋਲੀ ਚੱਲ ਚੱਲ ਨਾ ਕੀ ਹੋ ਗਿਆ ਕੌਣ ਕਰਨਾ ਉਹ ਵੀ ਸਾਰੇ ਜਣੇ ਅਸੀਂ ਨਹਾਉਣ ਲੱਗੇ ਹੋਏ ਆਗੇ ਤੇ ਆ ਇਕੱਲਾ ਹੀ ਰਹਿ ਗਿਆ ਬੰਦਾ ਓਏ ਪਹਿਲਾਂ 2 ਵਾਰੀ ਤੈਨੂੰ ਮਾਤਾ ਕਰਨਾ ਰੁਕ ਜਾ ਕੱਪੜੇ ਲਾ 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 ਦੇ ਪਾ ਉਹ ਲਾ ਦੇ ਕੱਪੜੇ ਫਿਰ ਆ ਜਾ ਹਾਂ ਓਏ ਫੋਨ ਨਾ ਤੇ ਨਾ ਪਾ ਦੀ ਸਾਰੇ ਆਪ ਤੇਰਾ ਹੀ ਫੋਨ ਇੱਥੇ ਪਿਆ ਓ ਭਾਰਤੀ ਬਣਾਇਆ ਨਾ ਓਏ ਓ ਬਣਾਇਆ ਨਹੀਂ ਉਹ ਚੱਕ ਦੇ ਆਪ ਹੀ ਪੜੀ ਜਾਂਦਾ ਹੁਣ ਓ ਚੱਕ ਆ ਕਹਿਣਾ ਹੀ ਲਾ ਤਿੰਨ ਵਾਰ ਪਾਣੀ ਪਾ ਦੋ ਉਹ ਦੇ ਲੈ ਹਾਂ ਆਏ ਆ ਸਿਰਾ ਕਰ ਓਏ ਨਾ ਸੱਟ ਲੱਗ ਓ ਉਹ ਸਾਲਾ ਹੌਲੀ ਪਰਦਾ ਆਲੂ ਜਾਮ ਕਰਤਾ ਉਹ ਬੈਠੀ ਦੁਬਾਰੇ ਉਹ ਲੈ ਲੈ ਹੁਣ ਉਹ ਕਾਮੜਾ ਹੋਏ ਉਹ ਜਿ ਕਿਵੇਂ ਛਾਲਾ ਵਾ ਆ ਜਾ ਜੋਤ ਇਕੱਲੇ ਕੱਪੜੇ ਪਾਈ ਫਿਰਦਾ
मेरे ते भी चलो 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 चल चक ले चक ले चक ले ए आ ए आ क्यों मिट्टी है ना अपनी नहीं हैगी ओ यार ओ कद्दू ही कर लगे ओए ओए क्यों मिट्टी आने हो यार कह दे के ओए ओ चक ओए ओए की बना ओ यार की बना खा की लगता चीजान लग गया होएगा अल्लाह यार दा ओए मन्ना ओ चक ओए 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 लाके साइड तेरा कर के खराब ओ क्यों चोना खराब करिए ने ओ आयो ओए खड़े करो हुन ओए देख 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 ओए ओए रहन दे क्यों खराब करया यार ओए मनी परे हो जाएगा ना चल चल चाचा बाय कर चलो रील बनानी है रील चल ओ जी उस तो बाद सारे मुंडे घरे आ गए सीगे ते बाकी ट्रैक्टर आप चोबर धवा लिया है ना उत्थे गंदा बड़ा हो गया धवा के लिया के अंदर लाता क्या बातें बन गई देखो जी चमकदा पूरा चमका गई ते बाकी ऐं खड़ा रहने दिंदे नूं आपां जाणा सीगा कोई काम थोड़ा जिहा फोड़ दा काम अज फेर नहीं होया मुंडे आ गए इन्ने अज मिलण संडे करके ते हुण आपां कढ़दे आं गड्डी गड्डी आपां छड्ड के आउणी आ इहदा आपां काम कराउणा गा तां करके ते मैं चाबी लाउणा चक्के ते दो मुंडे नाल वग चलणगे मोटरसाइकल ते फिर आपां छड्ड आवांगे लो जी मित्रों अज हैगा डे 2 ते कल है ना नेरा हो गया सीगा मुंडे मेरे कोई रह पए सीगे महाराज भी ते मनवीर भी ते बाकी बंद करी अज असीं वेली बैठे सीगे ना सुबह ते मेरे ना प्रेशर हॉर्न पिया सीगा असीं ना देखो ये ते फिट करता क्या बात है हजे ना बजाई देखो आ जी मोटर हुंदी आ ते आ दा पाइप जाने कि असीं पूरा जनेंगे प्रॉपर फिटिंग करती टाई लॉक ला के
ਤੇ ਟਾਈਲੋਗ ਨਾਲ ਹੀ ਖੜਾ ਹੈ ਸਾਰਾ ਕੁਝ ਉਹੀ ਪਿਆ ਸੀਗਾ ਸੀਗਾ ਚਲੋ ਫਿੱਟ ਕਰਕੇ ਦੇਖ ਬਜਾਈ ਬਸ 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 ਬਾਲਾ ਵਜਦਾ ਗਾ ਨਾ ਦੂਰ ਤੱਕ ਸੁਣਦਾ ਤੇ ਪੁਰਾਣਾ ਪਿਆ ਸੀਗਾ ਤੇ ਨਾ ਆਹ ਕਲੈਂਪ ਕਲੂੰਪ ਜੇ ਟੁੱਟੇ ਹੋਏ ਆ ਟਾਈਲੋਗ ਨਾਲ ਹੀ ਖੜੂਗਾ ਇਹ ਜਿਵੇਂ ਖੜੂਗਾ ਹੈ ਨਾ ਤਾਂ ਕਰਕੇ ਟਾਈਲੋਗ ਨਾਲ ਖੜਾਇਆ ਸੀਗਾ ਤੇ ਇੱਕ ਵਾਰ ਦੂਰ ਜਾਂਦੇ ਆ ਅਸੀਂ ਦੱਬ ਕੇ ਰੱਖੀ ਠੀਕ ਆ ਜੇ ਨੀ ਮਾਰੀ ਬਸ 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 ਸੁਣਦਾ ਹੈ ਨਾ ਹਾਂ ਦੂਰ ਤੱਕ ਸੁਣਦਾ ਗਾ ਤੇ ਚਲੋ ਹੁਣ ਇਹਨੂੰ ਜਾ ਕੇ ਖੋਲ ਦਾਂਗੇ ਬਸ ਇਹ ਟੈਸਟ ਡਰਾਈਵ ਘਰੇ ਜਾ ਕੇ ਖੋਲ ਦਾਂਗੇ ਕਿਉਂਕਿ ਟੈਸਟ ਡਰਾਈਵ ਲੈਣੀ ਸੀ ਗੇੜਾ ਕੱਢਣਾ ਸੀ ਲਓ ਜੀ ਹੁਣ ਆਏ ਸੀਗੇ ਘਰੇ ਮੰਡਾਜ ਵਾਲਾ ਬੁਲਟ ਤੇ ਇਹਦੇ ਵਾਲਾ ਬੁਲਟ ਇਹ ਪਤਾ ਨਹੀਂ ਕੀ ਕਦੇ ਖੋਲ ਲੈਂਦਾ ਕਦੇ ਕਸ ਲੈਂਦਾ ਤੈਨੂੰ ਖਿਚਾਉਂਦਾ ਵੀ ਜਾਂਦਾ ਹੈਗਾ ਗਾ ਹੁਣ ਕੀ ਕਰਦਾ ਗਾ ਕਸ ਤਾਂ ਸਹੀ ਪਹਿਲਾਂ ਤੇ ਬਾਕੀ ਹਾਰਨ ਅਸੀਂ ਖੋਲਿਆ ਹੀ ਨੀ ਇੱਕ ਵਾਰ ਦੁਬਾਰੇ ਮਾੜੇ ਲਈ ਚਾਬੀ ਤਾਂ ਲਾ ਦੇ ਚਾਬੀ ਕੱਢ ਕੇ ਜੇ ਚੁੱਪ ਰਹਿੰਦਾ ਲੈ ਕੇ ਜਾਣ ਲੱਗਿਆ ਕੋਈ ਪੰਗੇ ਲੈਣ ਲੱਗਿਆ ਕਹਿੰਦਾ ਤੇ ਇੱਧਰ ਆਪਣੇ ਲਵੇ ਅੱਜ ਬਾਈ ਪਹੁੰਚੇ ਹੈਗੇ ਤੇ ਟਰੈਕਟਰ ਤੇ ਕਰਨੀ ਆ ਜੇ ਕੰਪਾਊਂਡ ਦੇਗਾ ਤੁਸੀਂ ਪਹਿਲਾਂ ਦੇਖ ਲਓ ਸ਼ੋਅ ਕਿੱਦਾਂ ਦੀ ਆ ਤੇ ਕੰਪਾਊਂਡ ਕਰਨ ਤੋਂ ਬਾਅਦ ਚੋਂ ਦੇਖ ਲਿਓ ਤੇ ਬਾਕੀ ਗੱਲ ਬਣਾ ਦੇਣੀ ਆ ਕਹਿੰਦੇ ਆ ਬੰਪਰ ਤੇ ਵੀ ਹੋਊਗੀ ਓਕੇ ਬੰਪਰ ਤੇ ਇਕੱਲੀ ਵੈਕਸ ਹੋਊਗੀ ਠੀਕ ਆ ਓਕੇ ਬਾਡੀ ਹੋ ਗਈ ਤੇ ਮਗਰਾੜ ਹੋ ਗਏ ਓਕੇ ਠੀਕ ਆ ਇਹਨਾਂ 'ਤੇ ਹੀ ਲੋਡ ਹੁੰਦੀ ਆ ਜ਼ਿਆਦਾ ਤਾਂ ਬਾਕੀ ਸ਼ਾਈਨ ਤਾਂ ਇਹਨਾਂ ਨੇ ਹੀ ਦੇਣੀ ਹੈਗੀ ਜ਼ਿਆਦਾ ਅਤੇ ਆ ਜਿੱਦਾਂ ਗੂੰਦਗਾਂ ਜੀ ਸਾਰੀ ਚੱਕੀ ਜਾਊਗਾ ਨਾ ਠੀਕ ਆ ਉਹ ਤਾਂ ਸਟਿੱਕਰ ਨਵੇਂ ਲਵਾਉਣ ਵਾਲੇ ਆ ਕਿ ਨਵੇਂ ਲਵਾ ਬਾਈ ਦੀ ਫੋਟੋ ਨਵੀਂ ਲਵਾਵਾਂਗੇ ਆ ਪਾਣੀ ਹੈ ਜੀ ਇਹ ਪਾਣੀ ਆ ਓਕੇ ਇੱਕ ਫੜ ਜਾਓ ਪਾਣੀ ਮਾਰਿਆ ਹੁਣ ਤੇ ਇਹ ਪਾਣੀ ਕਿਉਂ ਮਾਰਿਆ ਜੀ ਆਪਾਂ ਹੁਣ ਅੱਛਾ ਕੰਪਾਊਂਡ ਪਾਣੀ ਲੱਗ ਦਿੰਦੀ ਹੈ ਓਕੇ ਆਪਾਂ ਕਦੇ ਪਹਿਲਾਂ ਕਰਾਈ ਨਹੀਂ ਗੀ ਅੱਜ ਫਸਟ ਟਾਈਮ ਕਰਾ ਰਹੇ ਹਾਂ ਫਿਰ ਉਹਨਾਂ ਤੁਹਾਨੂੰ ਐਕਸਪੀਰੀਅੰਸ ਦੱਸਾਂਗੇ ਵੀ ਕੀ ਫਰਕ ਪੈਂਦਾ ਹੈ ਨਾ ਅਤੇ ਕੰਪਾਊਂਡ ਕਿਹੜੀ ਯੂਜ਼ ਕਰ ਰਹੇ ਹਾਂ ਆਪਾਂ ਫਾਰਮੂਲਾ ਫਾਰਮੂਲਾ ਲਓ ਜੀ ਆਹ ਲੱਗ ਗਈ ਕੰਪਾਊਂਡ ਅਤੇ ਅੱਛਾ ਇੱਦਾਂ ਲੱਗਦੀ ਹੁੰਦੀ ਹੈ ਨਵਾਂ ਟਰੈਕਟਰ ਵੀ ਹੌਲੀ ਥੋੜ੍ਹੀ ਥੋੜ੍ਹੀ ਲਾ ਸਕਦੇ ਕੋਟਿੰਗ ਵਾਲੀ ਕੰਪਾਊਂਡ ਜਾਣੀ ਕਿ ਥੋੜ੍ਹੀ ਥੋੜ੍ਹੀ ਹੈ ਨਾ ਪਾਲਿਸ਼ ਕੰਪਾਊਂਡ ਓਕੇ ਜਾਣੀ ਕਿ ਨਵੇਂ ਟਰੈਕਟਰ 'ਤੇ ਜ਼ਿਆਦਾ ਨਹੀਂ ਲਾਉਣੀ ਚਾਹੀਦੀ ਠੀਕ ਆ ਉਤਲੀ ਲੇਅਰ ਚੱਕ ਦੂਗੀ ਇਹ ਹਾਂ ਪਾਣੀ ਪੂਣੀ ਜੰਮਿਆ ਤਾਂ ਹੋਰ ਨਿਸ਼ਾਨ ਜਿਹਨੂੰ ਪਏ ਹੋਏ ਆ ਹਾਂ ਸਕਰੈਚ ਪਏ ਨੇਗੇ ਇਹਦੇ ਸਕਰੈਚ ਆਪਣੀ ਸ਼ੋਜ ਯਾਰ ਬਾਹਲੇ ਨੇ ਮੈਂ ਦੇਖਿਆ ਨਾ ਧੁੱਪੇ ਬਾਹਲੇ ਚਮਕਦੇ ਆ ਅਤੇ ਉਹ ਚਲੋ ਅੱਜ ਆਪਣੇ ਹੋ ਜਾਣਗੇ ਸਹੀ ਹੈ ਨਾ ਉਹਦੇ ਦੇਖੋ ਮੁੰਡਾ ਬੁਲਟ ਵਾਲਾ ਪੰਗੇ ਲਈ ਜਾਂਦਾ ਲਓ ਜੀ ਹੁਣ ਵੱਜਣ ਲੱਗਿਆ ਗ੍ਰੈਂਡਰ ਦੇਖੋ ਜੀ ਪੂਰੇ ਪਿਆਰ ਨਾਲ ਇਹਨੂੰ ਵਧੀਆ ਜਿਹਾ ਕਰਨਾ ਐ ਵੱਜਦੀ ਅੱਛਾ ਜੀ ਲਓ ਜੀ ਹੁਣ ਇੱਕ ਪਾਸਾ ਸਾਫ ਕਰਨ ਲੱਗੇ ਆਗੇ ਤੇ ਉੱਪਰ ਆ ਜਾਂਦਾ ਗਾ ਬਾਕੀ ਤੁਸੀਂ ਦੇਖੋ ਬਾਈ ਕੱਪੜਾ ਮਾਰ ਕੇ ਅੱਛਾ ਅੱਛਾ ਕੋਈ ਨਾ ਤੁਸੀਂ ਕਰ ਲਓ ਲਓ ਜੀ ਇੱਧਰ ਕੰਮ ਚੱਲੀ ਜਾਂਦਾ ਤੇ ਚਾਚਾ ਆਇਆ ਚਾਚਾ ਕੀ ਕਰਨ ਲੱਗੇ ਤੈਨੂੰ ਪਤਾ ਗੱਲ ਲੱਗੇ ਦੱਸ ਪਾਲਿਸ਼ ਥੋੜ੍ਹੀ ਮਾਰਦੇ ਕੰਪਾਊਂਡ ਕਰਦੇ ਹਾਂ ਚੱਲ ਇੱਕ ਤਰ੍ਹਾਂ ਦੀ ਪਾਲਿਸ਼ ਹੋ ਗਈ ਦੇਖੀ ਬਾਈ ਟਰੈਕਟਰ ਚਮਕਦਾ ਹੈਂ ਹੋਰ ਹੁਣ ਦੇਖੀ ਚਮਕ ਨਿਕਲਦੀ ਫਿਰ ਦਊਗਾ ਚਾਚਾ ਕਿਹੜੇ ਪਿੰਡ 'ਚ ਹੈ ਨਾ ਦੇਖੋ ਮਿੱਤਰੋ ਸ਼ੋਅ ਕਿੱਦਾਂ ਚਮਕਣ ਲੱਗ ਗਈ ਹੈ ਨਾ ਓਕੇ ਰਿਪੋਰਟ ਹੋ ਗਈ ਅਤੇ ਸਿਰਾ ਹੋ ਗਿਆ ਬਾਕੀ ਵੈਕਸ ਵਗੈਰਾ ਸਾਰਾ ਕੁਛ ਮਾਰਤਾ ਉੱਤੇ ਸ਼ੋਅ ਨਵੀਂ ਨਿਕਲਿਆ ਹੀ ਜਮਾਂ ਇੱਦਾਂ ਹੱਥ ਫੇਰ ਕੇ ਫੀਲ ਹੁੰਦਾ ਗਾ ਵੀ ਹਾਂ ਕੋਈ ਕੋਟਿੰਗ ਚੜ੍ਹ ਗਈ ਹੁੰਦੀ ਹੈ ਜਿਵੇਂ ਉੱਪਰ ਹੈ ਨਾ ਅਤੇ ਮਗਰਾਟਾਂ ਮਗਰੂਟਾਂ 'ਤੇ ਸਾਰੇ ਪਾਸੇ 'ਤੇ ਮਾਰਤੀ ਸਿਰਾ ਕਰਾਤਾ ਬਾਕੀ ਦੇਖੋ ਆਹ ਸੀਗੀ ਬਾਅਦ 'ਚੋਂ ਜਿਹੜੀ ਵੈਕਸ ਮਾਰੀ ਹੈਗੀ ਔਰ ਉਹ ਚੈੱਕ ਗੱਲਬਾਤ ਲਓ ਵੀ ਮਿੱਤਰੋ ਅਤੇ ਤੁਸੀਂ ਬਾਈ ਦਾ ਕੰਮ ਦੇਖਿਆ ਹੈ ਨਾ ਅਤੇ ਓਕੇ ਰਿਪੋਰਟ ਆ ਜਮਾਂ ਚਿੱਬ ਕੱਢਦੇ ਟਰੈਕਟਰ ਦੇ ਅਤੇ ਬਾਕੀ ਬਾਈ ਖਰਚਾ ਕਿੰਨਾ ਕੁ ਆ ਜਾਂਦਾ ਗਾ ਟਰੈਕਟਰ 'ਤੇ ਕੰਪਾਊਂਡ ਕਰਨ ਦਾ ਓਕੇ 1500 ਦੇ ਲਗਭਗ ਆ ਜਾਂਦਾ ਗਾ ਅਤੇ ਮਤਲਬ ਗੱਡੀ ਗੁੱਡੀ ਕਰਾਉਣੀ ਹੋਵੇ ਸਾਰਾ ਕੁਛ ਹੀ ਕਰ ਦਿੰਦੇ ਹੋ ਠੀਕ ਆ ਜਾਣੀ ਕਿ ਘਰ ਆ ਕੇ ਕਰਦੇ ਹਾਂ
ओके ते गड्डी दा 1200 है 1200 ਰੁਪਿਆ 1000 ਅੰਦਰ ਟਰੈਕਿੰਗ ਦਾ ਕੰਪਾਊਂਡ ਦਾ 1000 ਦੋ ਚੀਜ਼ਾਂ 2000 ਤੇ ਕਰ ਦੂੰਗੇ ਠੀਕ ਹੈ ਤੇ ਬਾਕੀ ਉਹਦਾ ਨੰਬਰ ਦੱਸ ਦਿਓ ਫਿਰ ਵੀਡੀਓ ਚ ਨੰਬਰ 7711 ਓਕੇ 6003 ਠੀਕ ਹੈ ਜੀ ਕੰਟੈਕਟ ਕਰ ਲਿਓ ਬਾਈ ਨਾਲ ਜੇ ਕੰਪਾਊਂਡ ਕਮਾਉਂਡ ਕਰਾਉਣੀ ਆ ਤੇ ਬਾਕੀ ਓਕੇ ਰਿਪੋਰਟ ਆ ਦੇਖੋ ਬਾਈ ਆਏ ਸੀਗੇ ਆਪਣੇ ਲਵੇ ਤੇ ਵੀ ਕਹਿੰਦੇ ਤੁਹਾਨੂੰ ਕੰਮ ਦਿਖਾਉਣਾ ਸਾਰਿਆਂ ਨੂੰ ਵੀ ਆਪਾਂ ਵੀ ਪੂਰਾ ਚਿੱਪ ਕੱਢ ਦਿੰਦੇ ਹਾਂ ਮੈਂ ਕਿਹਾ ਮੈਨੂੰ ਤਾਂ ਪਹਿਲਾਂ ਲੱਗਿਆ ਸੀ ਵੀ ਉਈ ਹੋਊਗਾ ਨਾ ਵੀ ਕਾਹਨੂੰ ਵੀ ਉਹ ਕਰਨਾ ਗਾ ਹੁਣ ਜਦੋਂ ਦੇਖਿਆ ਵੀ ਹਾਂ ਵੀ ਗੱਲ ਬਣ ਗਈ ਪੂਰੀ ਹੈ ਤੇ ਵੈਕਸ ਮਾਰਤੀ ਉਹਦੇ ਨਾਲ ਤਾਂ ਸਿਰਾ ਹੋ ਗਿਆ ਹਨਾ ਜੀ ਹੁਣ ਮਤਲਬ ਇਹਦੇ ਪਾਣੀ ਪੂਣੀ ਨਹੀਂ ਖੜੂਗਾ ਨਾ ਜੀ ਪਾਣੀ ਪੂਣੀ ਨਹੀਂ ਖੜਦੇ ਜਦੋਂ ਪਾਣੀ ਪਾਵਾਂਗੇ ਤੁੱਕਿਆ ਨਾ ਡਿਊਗਾ ਠੀਕ ਆ ਇੱਦਾਂ ਹੀ ਨਿਕਲਿਆ ਕਰਨਾ ਓਕੇ ਅਤੇ ਬਾਕੀ ਚਲੋ ਅਤੇ ਆਹ ਫੋਟੋ ਵਗੈਰਾ ਆਪਾਂ ਬਾਈ ਦੀ ਨਵੀਂ ਲਿਆ ਕੇ ਲਾਉਣੀ ਹੈ ਕਿਉਂਕਿ ਇਹ ਦੇਖੋ ਖਰਾਬ ਹੋ ਗਈ ਹੈ ਨਾ ਇਹ ਧੁੱਪ ਨਾਲ ਖਰਾਬ ਹੋ ਜਾਂਦੀ ਹੈ ਤਾਂ ਲੈਮੀਨੇਸ਼ਨ ਲੈ ਗਈ ਸੀ ਤਾਂ ਕਰਕੇ ਖਰਾਬ ਹੋ ਗਈ ਚਲੋ ਇਹ ਨਵੀਂ ਲਿਆ ਕੇ ਲਾ ਦਾਂਗੇ ਆਪਾਂ ਹੈ ਨਾ ਕੱਲ੍ਹ ਪਰਸੋਂ ਤੱਕ ਅਤੇ ਬਾਕੀ ਚਲੋ ਮਿਲਦੇ ਹਾਂ ਅੱਗੇ ਉਹ ਜੀ ਅਤੇ ਆਹ ਹੈਗਾ ਗਾ ਆਪਣੇ ਰਾਜ ਦਾ ਬੁਲਟ ਅਤੇ ਆਹ ਲੈ ਕੇ ਹੁਣ ਆਪਾਂ ਚੱਲੇ ਹਾਂ ਅਮਰੇਕੋਟਲੇ ਕੰਮ ਆਪਾਂ ਸਕੂਟਰ ਦੇਖਣਾ ਗਾ ਕਿੰਨਾ ਕੁ ਰੈਡੀ ਹੋ ਗਿਆ ਅੱਜ ਫਿਲਹਾਲ ਆਪਾਂ ਨੂੰ ਮਿਲ ਜਾਣਾ ਸਕੂਟਰ ਅਤੇ ਆਪਾਂ ਅੱਜ ਘਰ ਲੈ ਆਵਾਂਗੇ ਉਹਨੂੰ ਹੈ ਨਾ ਅਤੇ ਚਲੋ ਕਿਹਨਾ ਚੱਲੀਏ ਲਓ ਜੀ ਲੈਟਰ ਮੈਂ ਉੱਥੇ ਕਢਾਤਾ ਤੇ ਪਹੁੰਚ ਗਿਆ ਮੁੰਡੇ ਲਵੇ ਕੀ ਪਵਾਇਆ ਇਹਦਾ ਇਹਦੇ ਯਾਰ ਉਹ ਗਰਾਰੀਆਂ ਭਰ ਗਈਆਂ ਸੀਗੀਆਂ ਮਾਗਰ ਲੀਆਂ ਹਾਂ ਠੀਕ ਆ ਹੁਣ ਚੱਲਦਾ ਓਕੇ ਰਿਪੋਰਟ ਦੇਖਿਆ ਚਲਾ ਕੇ ਹਾਂ ਦੇਖ ਲਿਆ ਹੁਣ ਓਕੇ ਰਿਪੋਰਟ ਚੱਲਦਾ ਆਹ ਕਰੋ ਤੁਸੀਂ ਚੈੱਕ ਇੱਕ ਮਿੰਟ ਦਿਖਾਈ ਹਾਂ ਦੇਖੋ ਆਹ ਭਰ ਗਈਆਂ ਇਹ ਮਿਸ ਮਾਰਨ ਲੱਗਾ ਚੈਨ ਸਲਿੱਪ ਮਾਰਨ ਹਾਂ ਚੈਨ ਸਲਿੱਪ ਮਾਰਦੀ ਸੀ ਇਹ ਕਰਿਆ ਨੂਰ ਨੇ ਲਓ ਵੀ ਮਿੱਤਰੋ ਬੁਲਟ ਤੋਂ ਬਾਅਦ ਆਪਾਂ ਆ ਗਏ ਆਪਣੀ ਸ਼ਾਹੀ ਸਵਾਰੀ ਦੇਖੋ ਲੈ ਰੈਡੀ ਆ ਕਿਉਂ ਮਾਰਦਾ ਲਸ਼ਕਰ ਦੇਖੋ ਕਿੰਨਾ ਕੈਮ ਲਾਦਾ ਹੈ ਨਾ ਓਕੇ ਰਿਪੋਰਟ ਸਿਰਾ ਹੋ ਗਿਆ ਪੂਰਾ ਐਂਡ ਲੱਗਦਾ ਗਾ ਬਾਕੀ ਨਹੀਂ ਮਗਲੀ ਲਾਈਟ ਲੱਗਣੀ ਰਹਿੰਦੀ ਉਹ ਆਪਾਂ ਲਵਾ ਲਾਂਗੇ ਹੈਂਜੀ ਟਾਇਰ ਟਾਇਰ ਤਾਂ ਨਵਾਂ ਪਾਉਂਦੇ ਆਪਾਂ ਦੋਨੇ ਟਾਇਰ ਵੀ ਨਵੇਂ ਪਾਉਣੇ ਆ ਤੇ ਅਲਮੂਲਾ ਲਾਏ ਪਾਉਣਾ ਸੀਗਾ ਲਾਏ ਮਿਲ ਜਾਂਦਾ ਇੱਕ ਉਹ ਕਟਿੰਗ ਚ ਆਉਂਦਾ ਹੁੰਦਾ ਜੀ ਆਉਂਦਾ ਹੁੰਦਾ ਮੈਂ ਦੇਖਿਆ ਦੋ ਦਿਨ ਦੇ ਪਾਇਆ ਹੋਇਆ ਆਉਂਦਾ ਤਾਂ ਹੋਰ ਨਹੀਂ ਮਿਲਣਾ ਫਿਰ ਬੜਾ ਘੈਂਟ ਪੂਰੀ ਬਣ ਗਈ ਗੱਲ ਦੱਸ ਮੈਨੂੰ ਵੀ ਆ ਮੈਂ ਲਾਈ ਅੱਛਾ ਕੀ ਨਹੀਂ ਲਾਇਆ ਜੀ ਆਹ ਚੀਜ਼ ਇੱਥੇ ਲਾ ਨਾ ਕਿੱਥੇ ਇਹ ਕਾਹਦੇ ਖਾਤਰ ਆ ਜੀ ਨੰਬਰ ਪਲੇਟ ਕਸਣ ਵਾਸਤੇ ਰਹਿਣ ਦੋ ਇਦਾਂ ਹੀ ਠੀਕ ਆ ਇਹਦਾ ਬੁਰਾ ਲੱਗਦਾ ਹੈ ਨਾ ਇੱਦਾਂ ਹੀ ਠੀਕ ਆ ਇੱਦਾਂ ਬਈਆ ਲੱਗਦਾ ਓਕੇ ਰਿਪੋਰਟ ਹੋ ਗਈ ਗੇੜਾ ਗੁੜਾ ਦੇ ਕੇ ਦੇਖਿਆ ਜੀ ਹਾਂ ਦੇਖਿਆ ਓਕੇ ਹੁਣ ਇਹ ਕਿੰਨਾ ਟਾਈਮ ਖੜਾ ਕੇ ਰੱਖਣਾ ਹੀ ਹੈ ਸਟਾਰਟ ਜਾਂ ਚਲਾ ਨਹੀਂ ਸਕਦੇ ਚੱਲ ਜਾਵੇ ਘੰਟਾ ਕੁ ਤਾਂ ਵਧੀਆ ਗੱਲ ਆ ਠੀਕ ਆ ਵੈਸੇ ਅਸੀਂ ਘੰਟਾ ਚਲਾ ਹੀ ਦੇਣਾ ਅਸੀਂ ਘੰਟਾ ਚਲਾ ਹੀ ਦੇਣਾ ਇੱਥੇ ਲੋਕਲ ਹਾਂ ਲੋਕਲ ਵੀ ਅਸੀਂ ਤਾਂ ਪਿੰਡਾਂ ਪੁੰਡਾਂ 'ਚ ਪਤਾ ਨਹੀਂ ਕਿੱਧਰ ਕਿੱਧਰ ਵੱਗ ਗਏ ਖੜਾ ਚੱਲ ਜਾਵੇ ਨਾ ਫਿਰ ਤੋਂ ਅੱਗੇ ਅੱਛਾ ਚਲਾਈ ਜਾਵੇ ਠੀਕ ਆ ਨਹੀਂ ਖੜਾ ਚਲਾਉਣਾ ਆਪਾਂ ਓਕੇ ਅੱਛਾ ਸਾਰੇ ਕਰੋਮ ਦੇ ਪਾਤੇ ਆ ਨਾ ਕਰੋਮ ਦੀ ਫਿਰ ਵਧੀਆ ਲੱਗਦੇ ਕਿਉਂ ਇਹਦੇ ਜੇ ਤਾਂ ਰੰਗ ਹੁੰਦਾ ਚਿੱਟਾ ਫਿਰ ਤਾਂ ਰੰਗ ਦੇ ਕਾਲੇ ਸੋਹਣੇ ਹਾਂਜੀ ਹਾਂਜੀ ਤੇ ਉਹ ਹੁਣ ਰੰਗ ਕਾਲਾ ਜੋ ਕਾਲੇ ਪਾਉਂਦੇ ਫਿਰ ਇਹਨੂੰ ਖੜਾ ਹੀ ਫਿਰ ਸੋਹਣੇ ਹੀ ਲੱਗਣੇ ਸੋਹਣਾ ਹੀ ਲੱਗਣਾ ਤਿਆਰ ਹੋ ਜਾਵੇ ਮਿੱਟੀ ਪੈ ਗਈ ਤਾਂ ਕਰਕੇ ਉਹ ਲੱਗਦਾ ਤੇ ਬਾਕੀ ਆਹ ਮੀਟਰ ਚੱਲਦਾ ਕਰਤਾ ਜੀ ਹਾਂ ਹਾਂ ਚੱਲਦਾ ਓਕੇ ਦੇਖੋ ਜਦੋਂ ਉੱਧਰ ਚੱਲਦਾ ਹੈ ਓਕੇ ਰਿਪੋਰਟ ਆ ਅਤੇ ਬਾਕੀ ਦੇਖੋ ਤੁਸੀਂ ਓਕੇ ਚੈੱਕ ਕਰ ਲਓ ਸਿਰਾ ਹੋ ਗਿਆ ਵੈਸੇ ਸਿਰਾ ਹੋ ਗਿਆ ਮੈਟ ਮੁੱਟ ਧਰਤੇ ਕੈਮ ਲਾਦਾ ਅਤੇ ਕੋਈ ਆਵਾਜ਼ ਨਹੀਂ ਹੈਗੀ ਲੈ ਦੇਖੋ ਰੇਸ ਦੇ ਬਾਕੀ ਦਾ ਬਿੱਲ ਆਪਣਾ ਬਣਿਆ ਜਾਣੀ ਕਿ 11-12 ਹਜ਼ਾਰ ਦਾ ਬਾਕੀ ਬਿੱਲ ਬਣ ਗਿਆ ਜਾਣੀ ਕਿ ਗੱਲ ਆਪਣੀ 16-17 ਹਜ਼ਾਰ ਦੇ ਨੇੜੇ ਤੇੜੇ ਬਾਕੀ ਹੈ ਨਾ ਤਿਆਰ ਕਰਨ 'ਚ ਅਤੇ ਚਲੋ ਹੁਣ ਤੇਲ ਭਰਾ ਲਿਆ ਚੱਲ ਤੇਲ ਪਾ ਲਈਏ ਚ ਫਿਰ ਤੇਲ ਪਾ ਕੇ ਫਿਰ ਇਹਨੂੰ ਲੈ ਕੇ ਚੱਲਾਂਗੇ ਫਿਰ ਇਹਦੀ ਟੈਂਕੀ ਦੇਖਾਂਗੇ ਫੁੱਲ ਨਹੀਂ ਕਰਾਉਂਦੇ ਅੱਧੀ ਰੱਖਾਂਗੇ ਨਾ ਫੁੱਲ ਨਹੀਂ ਕਰਾਈ ਦੀ ਹੁੰਦੀ ਕਹਿੰਦੇ ਅਤੇ ਚਲੋ ਦੇਖਦੇ ਹਾਂ ਲਓ ਜੀ ਸਕੂਟਰ ਉਹ ਖੜਾਇਆ ਥੋੜ੍ਹਾ ਜਿਹਾ ਆਪਾਂ ਨੂੰ ਖਾਣ ਪੀਣ ਦਾ ਹੋ ਰਿਹਾ ਸੀਗਾ ਅਤੇ ਖਾ ਪੀ ਕੇ ਫਿਰ ਆਪਾਂ ਚੱਲਦੇ ਹਾਂ ਪਿੰਡ ਲਓ ਜੀ ਹੁਣ ਮੈਂ ਇਸ ਕੁਲਵੀਰ ਲਵੇ ਉਹਦੇ ਕੋਲ ਖੜਾ ਉਹਦਾ ਮੋਟਰਸਾਈਕਲ ਲਾਈਟ ਫਿੱਟ ਕਰਾ ਲਈ ਮੁੰਡੇ ਨੇ ਅਤੇ ਬਾਕੀ ਚਲੋ ਆਪਦੇ ਵਲੌਗ 'ਚ ਦੱਸੂਗਾ ਨਾ ਕੀ ਕਰਾਇਆ ਕੀ ਨਹੀਂ
ਤੇ ਬਾਕੀ ਨਾ ਆਪਾਂ ਮਤਲਬ ਬਲਵੀਰ ਤੋਂ ਉਹ ਕਰੇ ਉਹਦੇ ਕਹਿੰਦਾ ਆਪਾਂ ਪਿੰਡ ਚੱਲਦੇ ਹਾਂ ਪਿੰਡ ਚੱਲ ਕੇ ਤੁਹਾਨੂੰ ਦੱਸੂੰਗਾ ਮੈਂ ਉਹਦਾ ਆਪਾਂ ਰਿਵਿਊ ਲਵਾਂਗੇ ਵੀ ਕਿਵੇਂ ਆ ਹਨਾ ਚਲਾ ਚਲੂ ਕੇ ਦੇਖ ਵੈਸੇ ਨੂੰ ਚਲਾਉਣ ਚਲਾਉਣਾ ਘੱਟ ਹੀ ਆਉਂਦਾ ਸਕੂਟਰ ਉਹਨੇ ਚਲਾਇਆ ਨਹੀਂ ਹਨਾ ਲਓ ਵੀ ਮਿੱਤਰੋ ਤੇ ਬਾਕੀ ਹੈ ਨਾ ਕੁਲਵੀਰ ਕਹਿੰਦਾ ਹੁਣ ਗੇੜਾ ਦੇ ਕੇ ਦੇਖੂ ਆ ਚੱਲ ਚੱਕ ਓਏ ਆਉਂਦਾ ਚਲਾਉਣਾ ਹੁਣ ਕਹਿੰਦਾ ਮੈਨੂੰ ਮੇਰੇ ਤੇ ਭਰੋਸਾ ਨਹੀਂ ਹੈਗਾ ਵੀਰੇ ਨਵਾਂ ਰੰਗ ਰੰਗ ਵੀ ਨਵਾਂ ਦੇਖ ਲਾ ਸਾਰਾ ਕੁਛ ਹੀ ਫਿਰ ਤੋਂ ਕਰਾਣੀ ਯਾਰ ਤਾਜ਼ ਤਾਜ਼ ਲੈ ਦੇਖੀ ਤਾਜ਼ਾ ਤਾਜ਼ਾ ਹੀ ਹੋਇਆ ਕੰਮ ਇੱਕ ਮਾਰ ਤੇ ਕਿਧਰਲੇ ਪਾਸੇ ਹੁੰਦੀ ਹੈ ਹੋਰ ਕਿਤੇ ਲੱਭੀ ਲੈ ਜ਼ੋਰ ਨਹੀਂ ਹੈਗਾ ਗੇਅਰ 'ਚ ਨਹੀਂ ਹੈਗਾ ਜ਼ੋਰ ਲਾ ਹਜੇ 2 ਘੰਟੇ ਸਟਾਰਟ ਖੜਾ ਕੇ ਹਟੇ ਸੀਗੇ ਉਹ ਜਾਂਦਾ ਲਈ ਲਓ ਜੀ ਮਿੱਤਰੋ ਸਕੂਟਰ ਲੈ ਕੇ ਘਰੇ ਪਹੁੰਚ ਗਏ ਬਾਕੀ ਮੈਂ ਨਾ ਪਰਮਿੰਦਰ ਉੱਪਰ ਨੂੰ ਫੋਨ ਕੀਤਾ ਉਸਤਾਦ ਹੋਣੀ YT ਚੈਨਲ ਅਤੇ ਬਾਕੀ ਹੈ ਨਾ ਉਹ ਆ ਰਿਹਾ ਹੈਗਾ ਮੈਂ ਉਹਨੂੰ ਦੱਸਿਆ ਨਹੀਂਗਾ ਵੀ ਕਿਹੜੀ ਚੀਜ਼ ਆ ਅਤੇ ਮੈਂ ਉਹਨੂੰ ਜਸਟ ਇੰਨਾ ਕਿਹਾ ਵੀ ਤੂੰ ਆ ਜਾ ਮੈਂ ਤੈਨੂੰ ਇੱਕ ਚੀਜ਼ ਦਿਖਾਉਣੀ ਆ ਹੈ ਨਾ ਅਤੇ ਉਹ ਆਉਂਦਾ ਹੈਗਾ ਫਿਰ ਉਹਨੂੰ ਸਰਪ੍ਰਾਈਜ਼ ਦੇਵਾਂਗੇ ਠੀਕ ਆ ਉਹਨਾਂ ਚਿਰ ਮੈਂ ਫੋਨ ਚਾਰਜ ਕਰ ਲਾਂ ਲਓ ਜੀ ਆ ਗਿਆ ਪਰਮਿੰਦਰ ਉੱਪਰ ਪਰਨਾ ਕਿੱਧਰ ਨਹੀਂ ਜਾਂਦਾ ਅੱਖ ਸੁੱਜੀ ਦੇ ਪਰਿੰਡ ਲੜ ਗਿਆ ਅੱਖ ਸੁੱਜੀ ਹੋਈ ਆ ਕੱਲ ਲੜ ਕੇ ਗਈ ਤਾਂ ਅੱਖ ਹੋਰ ਹੋ ਗਈ ਪਹਿਲੀ ਗੈਸ ਕਰ ਲਾ ਦੇਖ ਟਾਇਰ ਰਹਿ ਗਏ ਟਾਇਰ ਕੱਲ ਪਵਾ ਲੈਣੇ ਆ ਬੋਲੋ ਜਲੂਸ ਨਹੀਂ ਕੱਢਣਾ ਹੈਗਾ ਬਾਹਰ ਲਾਈਟਾਂ ਚੇਂਜ ਕਰਨੀਆਂ ਹੋਰ ਕੁਛ ਨਹੀਂ ਕਰਨਾ ਮਗਰੀ ਲਾਈਟ ਲਾਉਣੀ ਆ ਜੇ ਕਿਹੜੀ ਲਾਈਏ ਪਤਲੀ ਜੀ ਉਹ ਓਵਰ ਤਾਂ ਨਹੀਂ ਲੱਗੂ ਚੱਕ ਲੈ ਕੇ ਆਇਆ ਹਾਂ ਜੀ ਲੈ ਕੇ ਆਇਆ ਜੀ ਹੁਣੀ ਦੇਖ ਕਿਹੜਾ ਦੇਖ ਕੇ ਬਸ ਤੇ ਹਾਂਜੀ ਅੱਜ ਦਾ ਵਲੌਗ ਕਰਦੇ ਆ ਪੂਰੀ ਖਤਮ ਜੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਰ ਦਿਓ ਤੇ ਬਾਕੀ ਜੇ ਤੱਕ ਤੁਸੀਂ ਦੇਖ ਸਕਦੇ ਹੋ ਹਨਾ ਓਕੇ ਰਿਪੋਰਟ ਆ ਕੱਲ੍ਹ ਇਹਨੂੰ ਸਕੂਲ ਵੀ ਲੈ ਕੇ ਜਾਵਾਂਗੇ ਹੁਣ ਆਪਣੇ ਥੱਲੇ ਆ ਗਿਆ ਤੇ ਐਵਰੇਜ ਓਵਰੇਜ ਕੱਢਾਂਗੇ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਨਾ ਅੱਗੇ ਵਲੋਗਾਂ 'ਚ ਤੇ ਬਾਕੀ ਚਲੋ ਫਿਰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ ਤੇ ਬਾਕੀ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ ਦਾ ਆਪਣਾ ਲਿੰਕ ਦਿੱਤਾ ਹੋਇਆ ਹੈਗਾ ਤੇ ਜਾ ਕੇ ਜ਼ਰੂਰ ਹਨਾ ਫੋਲੋ ਕਰਿਓ ਤੇ ਓਕੇ ਬਾਏ।